ਇਹ ਜੋ ਗੱਡੀਆਂ ਦਾ ਕਾਫਲਾ ਆਉਂਦਾ ਤੁਸੀਂ ਦੇਖ ਰਹੇ ਹੋ, ਰਵਨੀਤ ਬਿੱਟੂ ਜੋ ਬੀਜੇਪੀ 'ਚ ਸ਼ਾਮਿਲ ਹੋ ਕੇ ਉਹਨਾਂ ਨੂੰ ਇੱਕ ਮੰਤਰੀ ਦਾ ਅਹੁਦਾ ਮਿਲਿਆ, ਰੇਲ ਵਿਭਾਗ ਦੇ ਵਿੱਚ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਲੁਧਿਆਣਾ ਪਹੁੰਚਣ 'ਤੇ ਕੁਝ ਇਸ ਤਰ੍ਹਾਂ ਹੋਇਆ ਸਵਾਗਤ, ਤੁਸੀਂ ਦੇਖ ਸਕਦੇ ਹੋ ਰਣਬੀਰ ਰਵਨੀਤ ਬਿੱਟੂ ਦਾ ਕਾਫਲਾ ਜਿਹੜਾ ਹੈਗਾ ਆ ਆਪਣੇ ਸਹਿਯੋਗੀਆਂ ਨੂੰ ਮਿਲਣ ਵਾਸਤੇ ਲੁਧਿਆਣਾ ਪਹੁੰਚੇ ਨੇ। ਦੇਖ ਸਕਦੇ ਹੋ ਚਿੱਟੇ ਰੰਗ ਦੀ ਜਿਹੜੀ ਗੱਡੀ ਆ, ਇਹਦੇ ਵਿੱਚ ਰਵਨੀਤ ਬਿੱਟੂ ਜੀ ਸਵਾਰ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ, ਤੁਸੀਂ ਦੇਖ ਸਕਦੇ ਹੋ ਕਮਾਂਡੋਸ ਆਲੇ ਦੁਆਲੇ ਆਪਣੀ ਪੁਜੀਸ਼ਨ ਸੰਭਾਲਦੇ ਹੋ। ਤੁਸੀਂ ਦੇਖ ਸਕਦੇ ਹੋ ਬਿੱਟੂ ਜੀ ਕਿਵੇਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਮਿਲਦੇ ਹੋਏ ਮੰਤਰੀ ਬਣਨ ਤੋਂ ਬਾਅਦ, ਤੁਸੀਂ ਦੇਖ ਸਕਦੇ ਹੋ ਸਭ ਦਾ ਸਵਾਗਤ ਕਰਦੇ ਹੋਏ। ਆਓ ਦੇਖਦੇ ਹਾਂ ਅੱਗੇ ਕੀ ਕਿਸ ਤਰ੍ਹਾਂ ਆਪਣਾ ਇਲਾਕਾ ਨਿਵਾਸੀਆਂ ਨੂੰ, ਲੁਧਿਆਣਾ ਨਿਵਾਸੀਆਂ ਨੂੰ ਮਿਲਦੇ ਹੋਏ ਤੁਸੀਂ ਦੇਖ ਸਕਦੇ ਹੋ ਕਿੰਨੀ ਸਾਦਗੀ ਦੇ ਨਾਲ ਇੱਕ ਦੂਜੇ ਨੂੰ ਉਹ ਮਿਲ ਰਹੇ ਨੇ। ਸੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਲੁਧਿਆਣੇ ਤੋਂ ਸਾਹਮਣੇ ਆਈਆਂ ਨੇ, ਤੁਸੀਂ ਦੇਖ ਸਕਦੇ ਹੋ ਤਸਵੀਰਾਂ। ਇਹਨਾਂ ਤਸਵੀਰਾਂ ਬਾਰੇ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਜ਼ਰੂਰ ਦੱਸਣਾ। ਤਮਾਮ ਉਹ ਜਿਹੜੀ ਬੀਜੇਪੀ ਦੇ ਸਮੂਹ ਲੀਡਰਸ਼ਿਪ ਹੈ ਜਿਨ੍ਹਾਂ ਨੇ ਲੁਧਿਆਣਾ ਵਿਖੇ ਜਦੋਂ ਉਹਨਾਂ ਦੀ ਮੈਂਬਰ ਪਾਰਲੀਮੈਂਟ ਜਦੋਂ ਚੋਣਾਂ ਸੀ ਤਾਂ ਕਾਫੀ ਅਥਕ ਜਿਹੜੀ ਮਿਹਨਤ ਕੀਤੀ ਸੀ, ਉਸਦਾ ਨਤੀਜਾ ਅੱਜ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ। ਤੋ ਰਮਨੀਤ ਸਿੰਘ ਬਿੱਟੂ ਅੱਜ ਪਹੁੰਚ ਚੁੱਕੇ ਲੁਧਿਆਣਾ ਵਿਖੇ, ਅੱਜ ਪਹਿਲੀ ਜਿਹੜੀ ਉਹਨਾਂ ਦੀ ਵਿਜ਼ਿਟ ਹੈ ਕੇਂਦਰੀ ਮੰਤਰੀ ਬਣਨ ਤੋਂ ਬਾਅਦ। ਸੋ ਇੱਕ ਮਿੰਟ ਇੱਧਰ ਹੋਇਆ ਜੀ, ਗਾਰਡ ਹੋਣਾ ਇੱਧਰ ਸਾਈਡ ਹੋਜਿੰਦਰ ਫਿਰ ਕੇ ਆਲਾ ਠੀਕ ਆ। ਸਰ ਥੋੜ੍ਹਾ ਜਿਹਾ ਪਿੱਛੇ ਕਰਾਓ, ਬੀਚ ਮਤ ਘੁੰਮ। ਭਾਜੀ ਇੱਧਰ ਆ ਜਾਓ ਪਲੀਜ਼, ਮਾਰਿਆ ਮਗਰ ਗਾ ਮਗਰ ਆ ਜਾਓ। ਆਪੇ ਜਿੱਥੇ ਆਇਆ ਸੀ।